ਪੰਜਾਬ ਅੰਮ੍ਰਿਤਸਰ ਦੇ ਰਹਿਣ ਵਾਲੇ ਜਗਦੀਪ ਸਿੰਘ ਪੰਜਾਬ ਪੁਲਿਸ 'ਚ ਹੈੱਡ ਕਾਂਸਟੇਬਲ ਨੇ ਤੇ ਇਹ ਮੰਨਿਆ ਜਾਂਦਾ ਹੈ ਕਿ ਦੁਨੀਆ 'ਚ ਸਭ ਤੋਂ ਲੰਬੇ ਪੁਲਿਸ ਵਾਲੇ ਨੇ ਕਿਉਂਕਿ ਇਹਨਾਂ ਦੀ ਲੰਬਾਈ ਹੈਰਾਨ ਕਰਨ ਵਾਲੀ ਹੈ। ਹਾਂਜੀ 7 ਫੁੱਟ 6 ਇੰਚ, ਯਾਨੀ ਕਿ ਪੰਜਾਬ ਦੇ ਮਸ਼ਹੂਰ ਰੈਸਲਰ ਗ੍ਰੇਟ ਖਲੀਫ ਜਿਨ੍ਹਾਂ ਦੀ ਲੰਬਾਈ ਹੈ 7 ਫੁੱਟ 1 ਇੰਚ, ਉਹਨਾਂ ਨਾਲੋਂ ਵੀ 5 ਇੰਚ ਵੱਧ। ਇਸ ਦੇ ਨਾਲ ਹੀ ਵਜ਼ਨ ਹੈ ਕਰੀਬ 190 ਕਿਲੋ। ਜਗਦੀਪ ਸਿੰਘ ਪੰਜਾਬ ਪੁਲਿਸ 'ਚ ਨੇ ਤੇ ਅੰਮ੍ਰਿਤਸਰ 'ਚ ਹੀ ਨੌਕਰੀ ਕਰ ਰਹੇ ਨੇ। ਅਕਸਰ ਡਿਊਟੀ ਕਰਨ ਦੇ ਦੌਰਾਨ ਵੀ ਜਦੋਂ ਕਿਸੇ ਦੀ ਵੀ ਨਿਗਾਹ ਉਹਨਾਂ 'ਤੇ ਪੈਂਦੀ ਹੈ ਤਾਂ ਲੋਕ ਜਗਦੀਪ ਨਾਲ ਸੈਲਫੀ ਲਏ ਬਿਨਾਂ ਨਹੀਂ ਜਾਂਦੇ। ਆਪਣੇ ਏਰੀਆ 'ਚ ਉਹ ਕਿਸੇ ਸੈਲੀਬ੍ਰਿਟੀ ਨਾਲੋਂ ਘੱਟ ਨਹੀਂ। ਜਗਦੀਪ ਸਿੰਘ ਦੀ ਲੰਬਾਈ ਨੇ ਜਿੱਥੇ ਉਹਨਾਂ ਨੂੰ ਪੂਰੀ ਦੁਨੀਆ 'ਚ ਮਸ਼ਹੂਰ ਕੀਤਾ ਹੈ, ਉੱਥੇ ਹੀ ਉਹਨਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਜਿਵੇਂ ਕਿ ਉਹਨਾਂ ਦੀ ਇੰਨੀ ਲੰਬਾਈ ਹੋਣ ਦੇ ਕਾਰਨ ਰੈਡੀਮੇਡ ਕੱਪੜੇ ਇੰਡੀਆ 'ਚ ਨਹੀਂ ਮਿਲਦੇ। ਉਹਨਾਂ ਦੇ ਬੂਟਾਂ ਦਾ ਸਾਈਜ਼ ਵੀ 19 ਹੈ ਤੇ ਕੱਪੜਿਆਂ ਦੇ ਨਾਲ ਹੀ ਇਹ ਵੀ ਉਹਨਾਂ ਨੂੰ ਕੈਨੇਡਾ ਅਮਰੀਕਾ ਰਹਿੰਦੇ ਆਪਣੇ ਜਾਣਕਾਰਾਂ ਤੇ ਦੋਸਤਾਂ ਕੋਲੋਂ ਮੰਗਵਾਉਣੇ ਪੈਂਦੇ ਨੇ। ਪੁਲਿਸ 'ਚ ਹੋਣ ਕਰਕੇ ਜਦੋਂ ਵੀ ਕਦੇ ਕਿਸੇ ਦੂਜੇ ਸ਼ਹਿਰ 'ਚ ਡਿਊਟੀ ਦੇਣ ਜਾਣਾ ਪੈਂਦਾ ਹੈ ਤਾਂ ਜਗਦੀਪ ਨੂੰ ਸਭ ਤੋਂ ਵੱਧ ਪਰੇਸ਼ਾਨੀ ਸਫ਼ਰ ਕਰਨ 'ਚ ਹੁੰਦੀ ਹੈ, ਕਿਉਂਕਿ ਨਾ ਤਾਂ ਉਹ ਬੱਸ 'ਚ ਸਫ਼ਰ ਕਰ ਸਕਦੇ ਨੇ ਤੇ ਨਾ ਹੀ ਕਿਸੇ ਛੋਟੀ ਗੱਡੀ 'ਚ, ਤੇ ਦੂਜਾ ਸੌਣ 'ਚ ਤੇ ਬਾਥਰੂਮ ਜਾਣ 'ਚ ਹੁੰਦੀ ਹੈ, ਕਿਉਂਕਿ 7 ਫੁੱਟ 6 ਇੰਚ ਲੰਬਾਈ ਹੋਣ ਕਾਰਨ ਉਹਨਾਂ ਨੂੰ ਥੱਲੇ ਹੀ ਸੌਣਾ ਪੈਂਦਾ ਹੈ। ਕਿਸੇ ਦੂਸਰੀ ਜਗ੍ਹਾ ਜਾਣ 'ਤੇ ਅਕਸਰ ਉਹਨਾਂ ਨੂੰ ਦਰਵਾਜ਼ਿਆਂ 'ਚੋਂ ਲੰਘਣ 'ਚ ਵੀ ਪਰੇਸ਼ਾਨੀ ਹੁੰਦੀ ਹੈ। ਇਸ ਲਈ ਆਪਣੇ ਘਰ ਦੇ ਦਰਵਾਜ਼ੇ ਜਗਦੀਪ ਸਿੰਘ ਨੇ 8 ਫੁੱਟ ਦੇ ਕਰਵਾਏ ਹੋਏ ਨੇ ਤਾਂ ਜੋ ਆਰਾਮ ਨਾਲ ਆ ਜਾ ਸਕਣ, ਔਰ ਬੈੱਡ ਵੀ ਖਾਸ ਤੌਰ 'ਤੇ 8x8 ਫਿੱਟ ਦੇ ਬਣਵਾਏ ਗਏ ਨੇ। ਫਲਾਈਟ ਦੇ ਦੌਰਾਨ ਵੀ ਉਹਨਾਂ ਨੂੰ ਸਫ਼ਰ ਹਮੇਸ਼ਾ ਇਕੋਨਮੀ ਦੀ ਥਾਂ 'ਤੇ ਬਿਜ਼ਨਸ ਕਲਾਸ 'ਚ ਕਰਨਾ ਪੈਂਦਾ ਹੈ। ਜਗਦੀਪ ਸਿੰਘ ਦੇ ਮਾਤਾ ਜੀ ਸ਼ਮਿੰਦਰ ਕੌਰ ਦੱਸਦੇ ਨੇ ਕਿ ਛੋਟੇ ਹੁੰਦੇ ਤੋਂ ਹੀ ਜਗਦੀਪ ਦੀ ਲੰਬਾਈ ਕਾਫ਼ੀ ਚੰਗੀ ਸੀ ਅਤੇ ਆਪਣੇ ਹਮ ਉਮਰ ਬੱਚਿਆਂ ਨਾਲੋਂ ਕਾਫ਼ੀ ਵੱਧ ਸੀ, ਜਿਸ ਕਰਕੇ ਨਾਲ ਪੜ੍ਹਨ ਵਾਲੇ ਬੱਚੇ ਉਸਨੂੰ ਕਾਫ਼ੀ ਕੁਝ ਕਹਿੰਦੇ। ਪਰ ਜਗਦੀਪ ਨੇ ਕਦੇ ਵੀ ਕਿਸੇ ਦੀ ਗੱਲ ਦਾ ਬੁਰਾ ਨਹੀਂ ਮੰਨਿਆ, ਕਿਉਂਕਿ ਇਹ ਰੱਬ ਦੇ ਵੱਲੋਂ ਬਖਸ਼ੀ ਹੋਈ ਦਾਤ ਹੈ ਜੋ ਕਿ ਹਰ ਕਿਸੇ ਨੂੰ ਨਹੀਂ ਮਿਲਦੀ। ਜਗਦੀਪ ਸਿੰਘ ਦੀ ਜਦੋਂ ਵਿਆਹ ਦੀ ਉਮਰ ਹੋਈ ਤਾਂ ਸਭ ਤੋਂ ਵੱਧ ਪਰੇਸ਼ਾਨੀ ਕੁੜੀ ਲੱਭਣ 'ਚ ਹੋਈ, ਕਿਉਂਕਿ ਖੁਦ ਦੀ ਲੰਬਾਈ ਇੰਨੀ ਜ਼ਿਆਦਾ ਹੋਣ ਕਾਰਨ ਕੁੜੀਆਂ ਨਹੀਂ ਮਿਲ ਰਹੀਆਂ ਸੀ, ਅਤੇ ਜੇ ਮਿਲਦੀਆਂ ਉਹ ਜਗਦੀਪ ਦੀ ਲੰਬਾਈ ਕਾਰਨ ਨਾ ਕਰ ਦਿੰਦੀਆਂ। ਪਰ 5 ਫੁੱਟ 11 ਇੰਚ ਦੀ ਲੰਬਾਈ ਵਾਲੀ ਸੁਖਬੀਰ ਕੌਰ ਨਾਲ ਉਹਨਾਂ ਦਾ ਵਿਆਹ ਸਾਲ 2005 ਹੋਇਆ। ਸੁਖਬੀਰ ਕੌਰ ਨੂੰ ਆਪਣੇ ਪਤੀ ਦੀ ਲੰਬਾਈ 'ਤੇ ਮਾਣ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਵੀ ਕਦੇ ਉਹ ਆਪਣੇ ਪਤੀ ਨਾਲ ਜਾਂਦੇ ਨੇ ਤਾਂ ਲੋਕ ਉਹਨਾਂ ਦੇ ਕੋਲ ਆ ਕੇ ਫੋਟੋ ਖਿਚਾਉਂਦੇ ਨੇ ਅਤੇ ਇੱਕ ਸੈਲੀਬ੍ਰਿਟੀ ਵਾਂਗੂ ਟ੍ਰੀਟ ਕਰਦੇ ਨੇ, ਜਿਸ ਨੂੰ ਦੇਖ ਕੇ ਉਹਨਾਂ ਨੂੰ ਬਹੁਤ ਖੁਸ਼ੀ ਮਿਲਦੀ ਹੈ। ਦੋਸਤੋ, ਜਗਦੀਪ ਸਿੰਘ ਆਪਣੇ ਪਰਿਵਾਰ 'ਚੋਂ ਸਭ ਤੋਂ ਛੋਟੇ ਨੇ ਅਤੇ ਆਪਣੇ ਮਾਤਾ ਪਿਤਾ, ਪਤਨੀ ਅਤੇ ਇੱਕ ਬੇਟੀ ਨਾਲ ਰਹਿ ਰਹੇ ਨੇ। ਉਹ ਕਹਿੰਦੇ ਨੇ ਕਿ ਜਿੰਨਾ ਖਰਚਾ ਮੈਨੂੰ ਛੱਡ ਮੇਰੇ ਪਰਿਵਾਰ ਦਾ ਹੈ, ਉਹਨਾਂ ਖਰਚਾ ਮੇਰੇ ਇਕੱਲੇ ਦਾ ਹੁੰਦਾ ਹੈ। ਇਸ ਦੇ ਨਾਲ ਹੀ ਦੋਸਤੋ, ਜਗਦੀਪ ਸਿੰਘ ਕਈ ਹਿੰਦੀ ਫਿਲਮਾਂ 'ਚ ਵੀ ਨਜ਼ਰ ਆ ਚੁੱਕੇ ਨੇ। ਸਭ ਤੋਂ ਪਹਿਲਾਂ ਉਹਨਾਂ ਨੂੰ ਆਮਿਰ ਖਾਨ ਦੇ ਨਾਲ ਫਿਲਮ ਰੰਗ ਦੇ ਬਸੰਤੀ 'ਚ ਦੇਖਿਆ ਗਿਆ ਸੀ। ਇਸ ਤੋਂ ਇਲਾਵਾ ਫਿਰ ਹੇਰਾ ਫੇਰੀ, ਤੀਨ ਥੇ ਬਾਈ ਅਤੇ ਵੈਲਕਮ ਨਿਊਯਾਰਕ 'ਚ ਵੀ ਉਹ ਕੰਮ ਕਰ ਚੁੱਕੇ ਨੇ। ਇਹਨਾਂ ਕੁਝ ਹਿੰਦੀ ਫਿਲਮਾਂ ਦੇ ਨਾਲ ਹੀ ਸੁਪਰਹਿੱਟ ਹਿੰਦੀ ਫਿਲਮ ਬਾਹੂਬਲੀ ਲਈ ਵੀ ਜਗਦੀਪ ਸਿੰਘ ਨੂੰ ਚੁਣਿਆ ਗਿਆ ਸੀ, ਪਰ ਉਹਨਾਂ ਨੇ ਇਹ ਫਿਲਮ ਠੁਕਰਾ ਦਿੱਤੀ। ਜਗਦੀਪ ਸਿੰਘ ਨੇ ਇਸ ਦਾ ਕਾਰਨ ਇਹ ਦੱਸਿਆ ਕਿ ਫਿਲਮ ਦੀ ਕਹਾਣੀ ਦੀ ਮੰਗ ਦੇ ਅਨੁਸਾਰ ਮੈਨੂੰ ਆਪਣੇ ਕੇਸ ਖੋਲ੍ਹ ਕੇ ਸੀਨ ਕਰਨਾ ਸੀ ਅਤੇ ਇੱਕ ਸਿੱਖ ਹੋਣ ਦੇ ਨਾਤੇ ਸਿੱਖ ਧਰਮ ਦੀ ਮਰਿਆਦਾ ਦੇ ਖਿਲਾਫ ਮੈਂ ਇਹ ਕੰਮ ਨਹੀਂ ਕਰ ਸਕਦਾ, ਜਿਸ ਕਰਕੇ ਮੈਂ ਫਿਲਮ ਨੂੰ ਹੀ ਨਾ ਕਰਤੀ। ਜਗਦੀਪ ਸਿੰਘ ਅਮਰੀਕਾ ਦੇ ਰਿਐਲਿਟੀ ਸ਼ੋਅ ਅਮੈਰੀਕਾਜ਼ ਗੋਟ ਟੈਲੈਂਟ 'ਚ ਵੀ ਹਿੱਸਾ ਲੈ ਚੁੱਕੇ ਨੇ। ਬੀਰ ਖਾਲਸਾ ਗਰੁੱਪ ਦੇ ਮੈਂਬਰ ਕਵਲਜੀਤ ਸਿੰਘ ਨੂੰ ਜਗਦੀਪ ਡਿਊਟੀ ਦੇ ਦੌਰਾਨ ਹੀ ਮਿਲੇ ਅਤੇ ਉਹਨਾਂ ਦੀ ਲੰਬਾਈ ਦੇਖ ਉਹ ਕਾਫ਼ੀ ਪ੍ਰਭਾਵਿਤ ਹੋਏ, ਜਿਸ ਮਗਰੋਂ ਜਗਦੀਪ ਸਿੰਘ ਵੀ ਵੀਰ ਖਾਲਸਾ ਗਰੁੱਪ ਦੇ ਮੈਂਬਰ ਬਣੇ ਅਤੇ ਅਮੈਰੀਕਾਜ਼ ਗੋਟ ਟੈਲੈਂਟ 'ਚ ਹਿੱਸਾ ਲਿਆ। ਕਵਲਜੀਤ ਅਤੇ ਜਗਦੀਪ ਸਿੰਘ ਦੋਨਾਂ ਨੇ ਆਪਣੀ ਪਰਫਾਰਮੈਂਸ ਦੇ ਨਾਲ ਸ਼ੋਅ ਦੇ ਜੱਜਸ ਨੂੰ ਦੰਦਾਂ ਤਲੇ ਉਂਗਲੀਆਂ ਦੇਣ ਨੂੰ ਮਜਬੂਰ ਕਰਤਾ, ਜਿਸ ਲਈ ਦੋਨਾਂ ਨੂੰ ਜੱਜਸ ਵੱਲੋਂ ਸਟੈਂਡਿੰਗ ਓਵੇਸ਼ਨ ਵੀ ਮਿਲੀ ਸੀ। ਜਗਦੀਪ ਸਿੰਘ ਕਰੀਬ 20 ਸਾਲ ਤੋਂ ਪੰਜਾਬ ਪੁਲਿਸ ਦੀ ਨੌਕਰੀ ਕਰ ਰਹੇ ਨੇ, ਪਰ ਉਹਨਾਂ ਨੂੰ ਸਰਕਾਰ ਦੇ ਨਾਲ ਇੱਕ ਮਲਾਲ ਹੈ। ਦੁਨੀਆ ਭਰ 'ਚ ਪੰਜਾਬ ਦਾ ਨਾਮ ਰੋਸ਼ਨ ਕਰਨ ਵਾਲੇ ਜਗਦੀਪ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਉਹਨਾਂ ਨੂੰ ਕਦੇ ਵੀ ਕਿਸੇ ਤਰ੍ਹਾਂ ਦਾ ਸਹਿਯੋਗ ਨਹੀਂ ਮਿਲਿਆ। ਦੋਸਤੋ, ਵਜਰਾ ਵਰਲਡ ਰਿਕਾਰਡ 'ਚ ਜਗਦੀਪ ਸਿੰਘ ਦੇ ਨਾਂ 'ਤੇ ਵਰਲਡਸ ਟਾਲੈਸਟ ਕੋਪ ਹੋਣ ਦਾ ਰਿਕਾਰਡ ਦਰਜ ਹੈ। ਜਗਦੀਪ ਤੋਂ ਪਹਿਲਾਂ ਵੀ ਵਰਲਡਸ ਟਾਲੈਸਟ ਕੋਪ ਦੇ ਵਜੋਂ ਇੱਕ ਭਾਰਤੀ ਨੂੰ ਹੀ ਜਾਣਿਆ ਜਾਂਦਾ ਸੀ, ਉਹ ਸੀ ਹਰਿਆਣਾ ਦੇ ਰਾਜੇਸ਼ ਕੁਮਾਰ, ਜਿਨ੍ਹਾਂ ਦੀ ਲੰਬਾਈ ਹੈ 7 ਫੁੱਟ 4 ਇੰਚ। ਪਰ ਜਗਦੀਪ ਸਿੰਘ ਦੀ ਲੰਬਾਈ ਰਾਜੇਸ਼ ਕੁਮਾਰ ਤੋਂ ਵੀ 2 ਇੰਚ ਵੱਧ ਹੈ। ਫਿਲਹਾਲ ਜਗਦੀਪ ਸਿੰਘ ਪੰਜਾਬ ਪੁਲਿਸ ਦੀ ਨੌਕਰੀ ਕਰ ਰਹੇ ਨੇ ਅਤੇ ਕਈ ਤਰ੍ਹਾਂ ਦੇ ਹੋਣ ਵਾਲੇ ਰਿਐਲਿਟੀ ਸ਼ੋਅ 'ਚ ਵੀ ਹਿੱਸਾ ਲੈਂਦੇ ਨੇ। ਉਮੀਦ ਕਰਦੇ ਹਾਂ ਕਿ ਆਉਣ ਵਾਲੀਆਂ ਕਈ ਫਿਲਮਾਂ 'ਚ ਵੀ ਉਹਨਾਂ ਨੂੰ ਦੇਖਿਆ ਜਾਵੇ ਅਤੇ ਪੰਜਾਬ ਸਰਕਾਰ ਵੀ ਉਹਨਾਂ ਵੱਲ ਧਿਆਨ ਦੇਵੇ ਤਾਂ ਜੋ ਉਹ ਆਪਣੇ ਨਾਮ ਦੇ ਨਾਲ ਹੀ ਪੰਜਾਬ ਦਾ ਨਾਮ ਹੋਰ ਅੱਗੇ ਲੈ ਕੇ ਜਾ ਸਕਣ। ਸੋ ਦੋਸਤੋ, ਇਹ ਸੀ ਜਾਣਕਾਰੀ ਜਗਦੀਪ ਸਿੰਘ ਦੇ ਬਾਰੇ। ਜਾਣਕਾਰੀ ਕਿਵੇਂ ਦੀ ਲੱਗੀ ਕਮੈਂਟਸ ਰਾਹੀਂ ਜ਼ਰੂਰ ਆਪਣੇ ਵਿਚਾਰ ਸਾਂਝੇ ਕਰਿਓ, ਔਰ ਜੇ ਇਨਫੋਰਮੇਸ਼ਨ ਪਸੰਦ ਆਈ ਤਾਂ ਲਾਈਕ ਬਟਨ 'ਤੇ ਪ੍ਰੈਸ ਕਰਕੇ ਆਪਣਾ ਪਿਆਰ ਦੇਣਾ ਵੀ ਨਾ ਭੁੱਲਿਓ, ਔਰ ਜਿੰਨਾ ਹੋ ਸਕੇ ਇਸ ਪੰਜਾਬੀ ਸ਼ੇਅਰ ਬਾਰੇ ਆਪਣੇ ਦੋਸਤਾਂ ਨਾਲ ਸ਼ੇਅਰ ਵੀ ਜ਼ਰੂਰ ਕਰਿਓ। ਅੱਜ ਦੀ ਵੀਡੀਓ 'ਚ ਸਿਰਫ ਇੰਨੀ ਹੀ ਜਾਣਕਾਰੀ।
मैं गगनदीप लैना हूं थोड़े तो इजाजत ते जल्दी ही दोबारा हाजिर होऊंगा थोड़ी सेवा च एक नवी जानकारी दे नाल। उदों तक जुड़े रहो चैनल दे नाल। चैनल अपडेट्स लई पंजाबी मूवीज़ अड्डा यूट्यूब चैनल नूं सबसक्राइब करो ते पहला नोटिफिकेशन लैण लई बैल आइकन ते प्रेस करो।